ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤੇ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜ਼ਰੂਰ ਕਰ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਆ ਕਰੋ ਜੀ ਘੰਟੀ ਦਾ ਬਟਨ ਵੀ ਦਬਾ ਦਿਆ ਕਰੋ ਜੀ ਚਲੋ ਜੀ ਅੱਜ ਆਪਣੇ ਕੋਲ ਹੋਰ ਬਹੁਤ ਸੌਖਾ ਜਿਹਾ ਡਿਜ਼ਾਈਨ ਬਣਾਉਨੇ ਆ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਕੇ ਜੀ ਦੋ ਕੁੰਡੇ ਰੱਖ ਲੈਣੇ ਫालतू ਉਲਟੀ ਚਲਾਈਏ ਦੀ ਮੈਂ ਪਾ ਲਈ ਹੁਣ ਆਪਾਂ ਡਿਜ਼ਾਈਨ ਵਾਲੀ ਸਿਲਾਈ ਸ਼ੁਰੂ ਕਰਦੇ ਆਂ ਇਹ ਡਿਜ਼ਾਈਨ ਹੈ ਜੀ ਜਿਹੜਾ ਦੋਨਾਂ ਸਿਲਾਈਆਂ ਵਿੱਚ ਬਣਦਾ ਸਿੱਧੀ ਸਿਲਾਈ ਵਿੱਚ ਵੀ ਤੇ ਉਲਟੀ ਵਿੱਚ ਵੀ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਬਣਦਾ ਇਹ ਆਪਾਂ ਸ਼ਾਲ ਮਫਲਰ ਬੱਚਿਆਂ ਦਾ ਕੋਟ ਜੈਕਟ ਕੁਝ ਵੀ ਆਪਾਂ ਇਹ ਬਣਾ ਸਕਦੇ ਆਂ ਬਹੁਤ ਸੌਖਾ ਡਿਜ਼ਾਈਨ ਹੈ ਇਹ ਚਲੋ ਜੀ ਆਪਾਂ ਡਿਜ਼ਾਈਨ ਬਣਾਉਨੇ ਆਂ ਪਹਿਲਾ ਕੁੰਡਾ ਆਪਾਂ ਨੇ ਆਪਣਾ ਸਿੱਧਾ ਪਾ ਲਿਆ ਦੂਜਾ ਕੁੰਡਾ ਜੀ ਜਿਹੜਾ ਇਹਨੂੰ ਇਸ ਤਰ੍ਹਾਂ ਬਿਨਾ ਬੁਣਿਆ ਉਤਾਰ ਲੈਣਾ ਧਾਗੇ ਨੂੰ ਆਪਾਂ ਨੇ ਪਹਿਲਾਂ ਇੱਧਰ ਘਮਾਉਣਾ ਹੈ ਫਿਰ ਇਹਨੂੰ ਆਪਾਂ ਨੇ ਇਸ ਤਰ੍ਹਾਂ ਬਿਨਾ ਬੁਣਿਆ ਉਤਾਰਨਾ ਹੈ ਫਿਰ ਜਿਹੜੇ ਉਸ ਤੋਂ ਅਗਲੇ ਕੁੰਡਿਆਂ ਜੀ ਆਪਾਂ ਨੇ ਦੋਨੋਂ ਦਾ ਇਸ ਤਰ੍ਹਾਂ ਇੱਕ ਬਣਾ ਦੇਣਾ ਉਸ ਤੋਂ ਅੱਗੇ ਫਿਰ ਧਾਗੇ ਨੂੰ ਇੱਧਰ ਘਮਾਉਣਾ ਹੈ ਫਿਰ ਆਪਾਂ ਨੇ ਇਹਨੂੰ ਬਿਨਾ ਬੁਣਿਆ ਉਤਾਰਨਾ ਹੈ ਉਸ ਤੋਂ ਅੱਗੇ ਦੋਨੇ ਕੁੰਡੇ ਫਿਰ ਆਪਾਂ ਨੇ ਇਕੱਠੇ ਬੁਣ ਦੇਣੇ ਫਿਰ ਆਪਾਂ ਨੇ ਧਾਗਾ ਇੱਧਰ ਘਮਾਉਣਾ ਹੈ ਜੀ ਉਂਡਾ ਆਪਾਂ ਨੇ ਬਿਨਾ ਬੁਣਿਆ ਉਤਾਰਨਾ ਹੈ ਫਿਰ ਆਪਾਂ ਨੇ ਇਹ ਦੋਨਾਂ ਕੁੰਡਿਆਂ ਨੂੰ ਇਕੱਠੇ ਬੁਣ ਦੇਣਾ ਫਿਰ ਆਪਾਂ ਤਾਂ ਗੈਦਰ ਘਵਾਵਾਂਗੇ ਜੀ ਫਿਰ ਕੁੰਡੇ ਨੂੰ ਆਪਾਂ ਬਿਨਾ ਪੁਣਿਆ ਉਤਾਰਾਂਗੇ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਬਣਾ ਦੇਣਾ ਫਿਰ ਆਪਾਂ ਤਾਂ ਅੱਗੇ ਨੂੰ ਇੱਧਰ ਘਮਾਉਣਾ ਹੈ ਫਿਰ ਇਹਨੂੰ ਬਿਨਾ ਬੁਣਿਆ ਉਤਾਰਨਾ ਹੈ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਬਣਾ ਦੇਣਾ ਇੱਕ ਕੁੰਡਾ ਰਹਿ ਗਿਆ ਜੀ ਆਪਣੇ ਕੋ ਇਹਨੂੰ ਵੀ ਆਪਾਂ ਬੁਣ ਲੈਣੇ ਆ ਸਿੱਧਾ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਤੇ ਇਧਰੋਂ ਵੀ ਆਪਾਂ ਨੇ ਉਸੇ ਤਰ੍ਹਾਂ ਬੁਣਨਾ ਹੈ ਉਲਟਾ ਨਹੀਂ ਬੁਣਨਾ ਸਿੱਧਾ ਹੀ ਬੁਣਨਾ ਪਹਿਲਾ ਕੁੰਡਾ ਆਪਾਂ ਨੇ ਆਪਣਾ ਸਿੱਧਾ ਬੁਣ ਲਿਆ ਧਾਗੇ ਨੂੰ ਇਧਰ ਘੁਮਾਇਆ ਇਹ ਕੁੰਡੇ ਨੂੰ ਆਪਾਂ ਨੇ ਬਿਨਾ ਬੁਣਿਆ ਉਤਾਰ ਲਿਆ ਜਿਹੜੇ ਇਹ ਦੋਨੇ ਆ ਇੱਕ ਆਹ ਭਾਲਾ ਵਾਲਾ ਇਹ ਆਇਕਾ ਦੂਜਾ ਇਹਨਾਂ ਦੋਨਾਂ ਨੂੰ ਆਪਾਂ ਇਸ ਤਰ੍ਹਾਂ ਇਕੱਠੇ ਬੁਣ ਦੇਣਾ ਫਿਰ ਆਪਾਂ ਇਹਦਾ ਗੱਦਰ ਕਮਾਇਆ ਆਹ ਕੁੰਡਾ ਆਪਾਂ ਬਿਨਾ ਬੁਣਿਆ ਉਤਾਰ ਲਿਆ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਬੁਣ ਹੋਣਾ ਇਹ ਸਿੱਧਾ ਹੀ ਇਸ ਤਰ੍ਹਾਂ ਆਪਾਂ ਨੇ ਇਹ ਕੁੰਡੇ ਨੂੰ ਬਿਨਾ ਬੁਣਿਆ ਉਤਾਰ ਹੀ ਜਾਣਾ ਤੇ ਇਹ ਦੋਨਾਂ ਕੁੰਡਿਆਂ ਨੂੰ ਇੱਕ ਬਣਾਈ ਜਾਣਾ ਤਿੰਨ ਤਿੰਦੇ حساب ਨਾਲ ਕੁੰਡੇ ਲਏਗੇ ਦੋ ਕੁੰਡੇ ਰੱਖ ਲੈਣੇ ਆਪਾਂ ਨੇ ਫालतू ਇਹ ਇਸ ਤਰ੍ਹਾਂ ਡਿਜ਼ਾਈਨ ਨੇ ਆਪਣੇ ਨੇ ਫੜਨਾ ਸ਼ੁਰੂ ਹੋ ਜਾਣਾ ਇੱਕ ਸਲਾਈ ਮੈਂ ਹੋਰ ਪਾ ਕੇ ਦਿਖਾਉਣੀ ਆ ਤੁਹਾਨੂੰ ਪਹਿਲਾ ਕੁੰਡਾ ਆਪਾਂ ਨੇ ਆਪਣਾ ਸਿੱਧਾ ਉਸ ਤੋਂ ਅੱਗੇ ਆਪਾਂ ਨੇ ਧਾਗਾ ਇੱਧਰ ਨੂੰ ਘੁਮਾਉਣਾ ਭੁੱਲਣਾ ਨਹੀਂ ਧਾਗਾ ਇੱਧਰ ਨਹੀਂ ਰੱਖਣਾ ਇੱਧਰ ਘੁਮਾ ਕੇ ਫੇਰ ਇਹਨੂੰ ਆਪਾਂ ਨੇ ਇਸ ਤਰ੍ਹਾਂ ਉਤਾਰਨਾ ਫਿਰ ਉਸ ਤੋਂ ਅੱਗੇ ਜਿਹੜੇ ਆ ਦੋ ਕੁੰਡੇ ਇਹਨਾਂ ਦਾ ਆਪਾਂ ਨੇ ਇੱਕ ਬਣਾਈ ਜਾਣਾ ਧਾਗਾ ਇੱਧਰ ਘੁਮਾਈ ਜਾਣਾ ਐ ਕੁੰਡੇ ਨੂੰ ਐ ਉਤਾਰੀ ਜਾਣਾ ਫਿਰ ਆਪਾਂ ਨੇ ਇਹ ਦੋਨੋਂ ਕੁੰਡਿਆਂ ਦਾ ਇੱਕ ਬਣਾਇ ਜਣਾ। ਫੇਰ ਆਪਾਂ ਨੇ ਧਾਗਾ ਇੱਧਰ ਕਮਾਇਆ। ਕੁੰਡਾ ਬਿਨਾ ਬੁਣਿਆ ਉਤਾਰਿਆ। ਦੋ ਕੁੰਡਿਆਂ ਦਾ ਇੱਕ ਬਣਾਇਆ। ਧਾਗਾ ਇੱਧਰ ਕਮਾਇਆ। ਕੁੰਡਾ ਇਸ ਤਰ੍ਹਾਂ ਉਤਾਰਿਆ ਬਿਨਾ ਬੁਣੇ ਤਾਂ ਦੋ ਕੁੰਡਿਆਂ ਦਾ ਆਪਾਂ ਨਿੱਕਾ ਵਾਲਾ ਹੋ ਜਾਂਦਾ ਤੇ ਇੱਕ ਆ ਦੂਜਾ। ਦੋਨੋਂ ਸਾਈਡਾਂ ਦਾ ਇੱਕੋ ਜਿਹਾ ਹੀ ਬੁਣ ਹੋਣਾ ਇਹ। ਆ ਉਲਟੀ ਸਲਾਈ ਹੈ ਉਲਟੀ ਜਿਹੀ ਉਸੇ ਤਰ੍ਹਾਂ ਦੇਖੋ ਜੀ ਧਾਗਾ ਇੱਧਰ ਘੁਮਾ ਕੇ ਇਹ ਕੁੰਡੇ ਨੂੰ ਆਪਾਂ ਨੇ ਬਿਨਾ ਬੁਣਿਆ ਉਤਾਰੀ ਜਾਣਾ ਇਹ ਦੋ ਕੁੰਡਿਆਂ ਦਾ ਇੱਕ ਬਣਾਈ ਜਾਣਾ ਧਾਗਾ ਇੱਧਰ ਘੁਮਾਇਆ ਆਹ ਕੁੰਡਾ ਆਪਾਂ ਬਿਨਾ ਬੁਣਿਆ ਉਤਾਰਿਆ ਇਹ ਦੋ ਦਾ ਇੱਕ ਬਣਾਇਆ ਅਖੀਰ ਵਿੱਚ ਰਹਿ ਗਿਆ ਜੀ ਆਪਣਾ ਕੋਈ ਕੁੰਡਾ ਇਹਨੂੰ ਆਪਾਂ ਨੂੰ ਹੁੰਦਣਾ ਸਿੱਧਾ ਡਿਜ਼ਾਈਨ ਆਪਣਾ ਇਸ ਤਰ੍ਹਾਂ ਬਣਨ ਲੱਗ ਜਾਣਾ ਜੀ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਜੀ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਦਿਖਣ ਵਾਲਾ ਡਿਜ਼ਾਈਨ ਹੈ ਇਹ ਜਦ ਵੀ ਆਪਾਂ ਨੇ ਕੋਟੀ ਜੈਕਟ ਤੇ ਕੁੰਡੇ ਪਾਉਣੇ ਥੋੜੇ ਜਿਹਾ ਕੁੰਡੇ ਆਪਾਂ ਨੇ ਘੱਟ ਪਾਉਣੇ ਕਿਉਂਕਿ ਥੋੜਾ ਜਿਹਾ ਢਿੱਲਾ ਹੋ ਜਾਂਦਾ ਡਿਜ਼ਾਈਨ ਪਰ ਬਣ ਕੇ ਇਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਡਿਜ਼ਾਈਨ ਬਣਾ ਕੇ ਜ਼ਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਜ਼ਰੂਰ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਜੀ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਜੀ ਚਲੋ ਜੀ ਮਿਲਦੇ ਆ ਫਿਰ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ